ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਆ ਬਾਈ? ਠੀਕ। ਯਾਰ ਦਇਆ ਦੇ, ਤੈਨੂੰ ਨਾ ਗੱਲ ਦੱਸਾਂ ਕੱਲ੍ਹ ਦੀ। ਕੱਲ੍ਹ ਨਾ ਮੈਂ ਮੇਲੇ 'ਤੇ ਗਿਆ ਇੱਕ, ਤਾਂ ਦੇਖਾਂ ਮੇਲਾ, ਉੱਥੇ ਨਾ ਭਾਈ ਕੁੱਤਿਆਂ ਦੀ ਸੀਗੀ ਲੜਾਈ ਯਾਰ ਸ਼ਾਮੀ, ਅਤੇ ਭਾਈ ਉੱਥੇ ਕੁੱਤਾ, ਉਹਨੇ ਨਾ ਕਿੰਨਿਆਂ ਕੁੱਤਿਆਂ ਨਾਲ ਉਹਦੀ ਲੜਾਈ ਹੋਈ, ਸਾਰਿਆਂ ਤੋਂ ਹੀ ਜਿੱਤ ਗਿਆ। ਅਤੇ ਉਹਦਾ ਭਾਈ ਉੱਥੇ ਨਾ ਇੱਕ ਬੰਦਾ ਸੀਗਾ, ਉਹ ਕਹਿੰਦਾ ਭਾਈ ਆ ਮੇਰੇ ਨਾ 20 ਲੱਖ ਰੁਪਈਆ ਲੈ ਲਾ ਮੇਰੇ ਕੋਲ, ਕੁੱਤਾ ਮੈਨੂੰ ਦੇ ਦੇ। ਉਹ ਕਹਿੰਦਾ ਨਹੀਂ ਭਾਈ ਮੈਂ ਨਹੀਂ ਦੇਣਾ ਹੈਗਾ, ਤੂੰ 20 ਲੱਖ ਆਪਣੇ ਕੋਲ ਰੱਖ, ਅਤੇ ਮੈਂ ਨਾ ਸ਼ੌਂਕ ਨਾਲ ਰੱਖਿਆ ਹੋਇਆ ਵਾ, ਅਤੇ ਮੈਂ ਨਹੀਂ ਇਹ ਦੇਣਾ। ਕਹਿੰਦਾ ਅੱਛਾ ਭਾਈ। ਉੱਥੇ ਇੱਕ ਹੋਰ ਭਾਈ ਸੀ, ਉਹਦੀ ਕੋਈ ਗੱਡੀ ਸੀ, ਉਹ ਕਹਿੰਦਾ ਮੈਂ ਨਾ ਤੈਨੂੰ ਆਪਣੀ ਗੱਡੀ ਦਿੰਦਾ, ਅਤੇ ਕੁੱਤਾ ਮੈਨੂੰ ਦੇ ਦੇ। ਕਹਿੰਦਾ ਨਹੀਂ ਨਹੀਂ ਭਾਈ ਮੈਂ ਸ਼ੌਂਕ ਨਾਲ ਰੱਖਿਆ ਵਾ, ਮੈਂ ਨਾ ਆਪਣਾ ਸ਼ੌਂਕ ਆ ਮੇਰਾ, ਅਤੇ ਮੈਂ ਨਹੀਂ ਇਹ ਦੇ ਸਕਦਾ। ਕਹਿੰਦਾ ਅੱਛਾ ਯਾਰ ਕਿਆ ਬਾਤ ਹੈ, ਸ਼ੌਂਕ ਰੱਖਿਆ ਨਾ ਸ਼ੌਂਕ ਨਾਲ। ਅਤੇ ਉਹ ਭਾਈ ਮੁੜ ਕੇ ਫਿਰ ਉਹ ਜਿਹੜਾ ਬੰਦਾ ਸੀਗਾ ਨਾ ਗੱਡੀ ਵਾਲਾ, ਅਤੇ ਜਿਹੜਾ ਬੰਦਾ 20 ਲੱਖ ਦੇ ਆਉਂਦਾ, ਉਹਨਾਂ ਦੋਵਾਂ ਨੇ 1 ਲੱਖ ਰੁਪਈਆ ਉਹਨੂੰ ਇਨਾਮ ਦਿੱਤਾ। ਕੁੱਤੇ ਨੂੰ ਕਿਹਾ ਯਾਰ ਬੜਾ ਤੇਰਾ ਆਲਾ ਕੁੱਤਾ ਵਾ, ਕਿਆ ਲੜਦਾ ਵਾ। ਯਾਰ ਤੈਨੂੰ ਪਤਾ ਮੈਂ ਵੀ ਹੱਥ 'ਤੇ ਕੁੱਤੇ ਰੱਖੇ ਹੋਏ ਆ। ਇੱਕ ਵਾਰੀ ਉਹ 3 ਮਹੀਨਿਆਂ 'ਚ ਨਾ ਉਹਨੇ ਮੈਨੂੰ ਇੱਕ ਵਾਰੀ ਕਰੋਲਾ ਗੱਡੀ, ਅਤੇ ਇੱਕ ਵਾਰੀ 1-2 ਵਜੇ, ਅਤੇ ਇੱਕ ਵਾਰੀ 10 ਲੱਖ ਰੁਪਏ ਜਿੱਤ ਕੇ ਦਿੱਤਾ ਸੀ। ਵਾਹ ਯਾਰ ਕਿਆ ਬਾਤ ਹੈ ਤੇਰੇ ਕੁੱਤਿਆਂ ਦੀ, ਕਿੱਥੇ ਕਿੱਥੇ ਰੱਖੇ ਹੱਥ? ਹਾਂ ਹੱਥ 'ਤੇ ਬੰਨਿਆ ਪਿਆ। ਚੱਲ ਫਿਰ ਆ ਚੱਲੀਏ, ਮੈਨੂੰ ਹੱਥ 'ਚ ਕੁੱਤਾ ਲੱਗ ਲਿਆ। ਹਾਂ ਦਿਖਾ ਕੇ ਇੱਥੇ ਅੰਦਰ। ਹਾਂ ਦਿਖਾ ਕਿੱਥੇ ਕੁੱਤਾ? ਇੱਥੇ ਤਾਂ ਕੁਛ ਵੀ ਨਹੀਂ, ਇੱਥੇ ਬੰਨਿਆ ਹੋਇਆ ਸੀ, ਛੋਟੇ ਤੋਂ ਭਾਈ ਗਿਆ। ਕਿੱਥੇ ਭਾਜੀ ਗਿਆ ਦਿਖਾ, ਮੈਨੂੰ ਤਾਂ ਲੱਗਦਾ ਤੂੰ ਝੂਠ ਬੋਲਦਾ ਉਦਾਂ। ਨਹੀਂ ਯਾਰ ਹੈਗਾ, ਤੈਨੂੰ ਦਿਖਾਉਂਦਾ। ਦਿਖਾ ਆਜਾ, ਦੇਖਦੇ ਆ ਬਾਹਰ। ਬਾਹਰ ਦਿਖਾ। ਉਹ ਜ਼ੈਦ ਆ ਤਾਂ ਨਹੀਂ ਹੈਗਾ? ਹਾਂ ਆਹੀ ਆਹੀ ਮਾਮਾ, ਇਹ ਤੈਨੂੰ ਲੜਾਈ ਵਾਲਾ ਕੁੱਤਾ ਲੱਗਦਾ? ਹੋਰ ਯਾਰ ਇੰਨੀਆਂ ਲੜਾਈਆਂ, ਜਿੱਤਿਆ ਛੋਟਾ ਤਾਂ ਹੋ ਗਿਆ। ਮੈਂ ਗਾਲੀ ਨਹੀਂ ਦੇ ਸਕਦਾ, ਗਾਲੀ ਨਹੀਂ ਦੇਣਾ, ਫੈਮਿਲੀ ਫੈਮਿਲੀ ਦੇਖਦੀ ਹੈ, ਵਰਨਾ ਮੈਂ